ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ ਪੂਰੇ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਜਗਦੀਸ਼ ਗਗਨੇਜਾ ਜੋ ਕਿ ਇਸ ਵਕਤ ਲੁਧਿਆਣੇ ਦੇ ਦਇਆਨੰਦ ਮੈਡੀਕਲ ਕਾਲਜ ਦੇ ਵਿੱਚ ਜ਼ੇਰੇ ਇਲਾਜ ਹੈ ਹਾਲਤ ਬੜੀ ਗੰਭੀਰ ਹੈ ਪੰਜਾਬ ਪੁਲਿਸ ਦੇ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਆਲਾ ਅਧਿਕਾਰੀ ਪੰਜਾਬ ਸਰਕਾਰ ਦੇ ਨਾਲ ਜੁੜੇ ਹੋਏ ਸੀਨੀਅਰ ਮੰਤਰੀ ਜਾ ਜਾ ਕੇ ਗਗਨੇਜਾ ਦਾ ਹਾਲਚਲ ਪੁੱਛ ਰਾਈ ਨੇ ਪਰ ਲਗਾਤਾਰ ਲੋਕਾਂ ਦੇ ਮਨਾਂ ਦੇ ਵਿੱਚ ਦੋਸਤੋ ਇਹ ਸਵਾਲ ਪੈਦਾ ਹੋ ਰਿਹਾ ਕਿ ਆਰਐਸਐਸ ਦੇ ਇਸ ਆਗੂ ਦੇ ਉੱਤੇ ਹਮਲਾ ਕਿਹਨੇ ਕਿਉਂ ਕੀਤਾ ਹੋਇਆ ਇਹਦੇ ਬਾਬਤ ਪੁਲਿਸ ਦੇ ਵੱਲੋਂ ਹਾਲੇ ਤੱਕ ਕੋਈ ਗੁੱਥੀ ਨਹੀਂ ਸੁਲਝਾਈ ਗਈ ਹਾਲਾਂਕਿ 48 ਘੰਟੇ ਤੋਂ ਵੱਧ ਦਾ ਵਕਤ ਇਸ ਘਟਨਾ ਨੂੰ ਬੀਤ ਚੁੱਕਿਆ ਹੈ ਪੁਲਿਸ ਦੇ ਵੱਲੋਂ ਸਕੈਚ ਵੀ ਜਾਰੀ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਹਮਲਾ ਕਰਨ ਵਾਲੇ ਨਕਾਬਪੋਸ਼ ਲੋਕ ਨੇ ਜਿਹੜੇ ਉਹ ਮੋਟਰਸਾਈਕਲ ਦੇ ਉੱਤੇ ਜਾ ਰਹੇ ਨੇ ਇਹਨਾਂ ਦੇ ਵੱਲੋਂ ਹੀ ਹਮਲਾ ਕੀਤਾ ਗਿਆ ਸੀ ਤੇ ਜਗਦੀਸ਼ ਗਗਨੇਜਾ ਪੰਜਾਬ ਦੇ ਵਿੱਚ ਆਰਐਸਐਸ ਦੇ ਮੀਤ ਪ੍ਰਧਾਨ ਨੇ ਇਸ ਕਰਕੇ ਇਹ ਖਬਰ ਬੜੀ ਵੱਡੀ ਹੈ ਸਭ ਦਾ ਧਿਆਨ ਇਸ ਖਬਰ ਨੇ ਆਪਣੇ ਵੱਲ ਖਿੱਚਿਆ ਹੈ ਕਿਉਂਕਿ ਆਰਐਸਐਸ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਉੱਤੇ ਦਬਦਬਾ ਰੱਖਿਆ ਜਾਂਦਾ ਤੇ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਦਬਦਬਾ ਰੱਖਿਆ ਜਾਂਦਾ ਹੈ ਇਸ ਕਰਕੇ ਇਸ ਖਬਰ ਨੂੰ ਬੜੀ ਮਹੱਤਤਾ ਮਿਲੀ ਹੈ ਤੇ ਇਸ ਖਬਰ ਨੂੰ ਪੰਜਾਬੀ ਜਾਗਰਣ ਅਖਬਾਰ ਦੇ ਵੱਲੋਂ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੂਬਾ ਸਹਿ ਸੰਗ ਚਾਲਕ ਸੇਵਾ ਮੁਕਤ ਬ੍ਰਿਗੇੜੀਅਰ ਜਗਦੀਸ਼ ਗਗਨੇਜਾ ਉੱਤੇ ਗੋਲੀਬਾਰੀ ਕਰਨ ਵਾਲੇ ਦੋਵੇਂ ਹਮਲਾਵਰ ਠਗਵਾੜੇ ਵਾਲੇ ਪਾਸਿਓਂ ਜਲੰਧਰ ਆਏ ਸਨ ਇਹ ਖੁਲਾਸਾ ਸੀਸੀਟੀਵੀ ਫੁਟੇਜ ਦੀ ਪੜਤਾਲ ਦੌਰਾਨ ਹੋਇਆ ਹੈ ਇਸ ਦੌਰਾਨ ਪੁਲਿਸ ਨੇ ਹਮਲਾਵਰਾਂ ਨੂੰ ਫੜਾਉਣ ਲਈ ਉਹਨਾਂ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਤੇ ਸਿਪਾਈ ਦੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਕਿ ਇਹਦੇ ਉੱਤੇ ਸੂਚਨਾ ਦਿੱਤੀ ਜਾ ਸਕਦੀ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਮਨ ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਏਗਾ ਜਾਂਚ ਵਾਸਤੇ ADGP ਕਮ ਡਾਇਰੈਕਟਰ ਸਹੋਤਾ ਦੀ ਅਗਵਾਈ ਵਿੱਚ 10 ਟੀਮਾਂ ਗਠਿਤ ਕੀਤੀਆਂ ਗਈਆਂ ਨੇ ਉਹਨਾਂ ਨੇ DGP ਸੁਰੇਸ਼ अरोड़ा ਨੂੰ ਕਿਹਾ ਕਿ ਉਹ ਨਿੱਜੀ ਤੌਰ ਦੇ ਉੱਤੇ ਮਾਮਲੇ ਉੱਤੇ ਨਜ਼ਰ ਰੱਖਣ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਗਗਨੇਜਾ ਦੇ ਉੱਤੇ ਜੋ ਹਮਲਾ ਕੀਤਾ ਗਿਆ ਹੈ ਇਹਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਉਹਨਾਂ ਨੇ ਕਿਹਾ ਕਿ ਇਹ ਤਾਕਤਾਂ ਪੰਜਾਬ ਦੇ ਅਮਨ-ਅਮਾਨ ਨੂੰ ਲਾਂਬੂ ਲਾਉਣ ਦੇ ਯਤਨ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜੇ ਪਰਿਵਾਰ ਨੇ ਮੰਗ ਕੀਤੀ ਤਾਂ ਮਾਮਲੇ ਦੀ ਸੀਬੀਆਈ ਜਾਂਚ ਵੀ ਕਰਵਾਈ ਜਾਏਗੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਗੱਲ ਕਹਾਂਗੇ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦਾ ਹਾਲੇ ਤੱਕ ਮਸਲਾ ਹੱਲ ਨਹੀਂ ਹੋਇਆ ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਕਿਨੇ ਦਿੱਤਾ ਆਪਾਂ ਸਾਰੇ ਜਾਣਦੇ ਆਂ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਮਲੇਰਕੋਟਲਾ ਦੇ ਵਿੱਚ ਹਾਲੇ ਤੱਕ ਸਹੀ ਦੋਸ਼ੀਆਂ ਦੀ ਭਾਲ ਨਹੀਂ ਕੀਤੀ ਜਾ ਸਕੀ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹਾਲੇ ਤੱਕ ਸਹੀ ਦੋਸ਼ੀਆਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਇਸ ਮਾਮਲੇ ਨੇ ਕਈ ਤਰ੍ਹਾਂ ਦੇ ਰੂਪ ਵਟਾ ਲਏ ਨੇ ਪਰ ਦੋਸ਼ੀਆਂ ਤੱਕ ਨਹੀਂ ਪਹੁੰਚਿਆ ਜਾ ਸਕਿਆ ਟਡਰੀਆਂ ਵਾਲਿਆਂ ਦੇ ਉੱਤੇ ਹਮਲਾ ਕੀਤਾ ਗਿਆ ਪਰ ਹਾਲੇ ਤੱਕ ਦੋਸ਼ੀਆਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਮਾਤਾ ਚੰਦਕੌਰ ਜਿਹੜੇ ਕਿ ਨਾਮਤਾਰੀ ਸੰਪਰਦਾ ਦੇ ਨਾਲ ਜੁੜੇ ਸਨ ਉਹਨਾਂ ਨੂੰ ਮਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਉਹਨਾਂ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਦੀ ਹਾਲੇ ਤੱਕ ਪਛਾਣ ਨਹੀਂ ਕੀਤੀ ਜਾ ਸਕੀ ਤੇ ਹੁਣ ਖਬਰ ਆ ਗਈ ਹੈ ਜਗਦੀਸ਼ ਗਗਨੇਜਾ ਦੇ ਉੱਤੇ ਹਮਲੇ ਦੀ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਕੁਝ ਕਹਿ ਨਹੀਂ ਸਕਦੇ ਕੀ ਅਸਲ ਦੋਸ਼ੀ ਫੜੇ ਜਾਣਗੇ ਕੁਝ ਕਹਿ ਨਹੀਂ ਸਕਦੇ ਪੰਜਾਬ ਪੁਲਿਸ ਦੇ ਵੱਲੋਂ ਕਿੰਨੇ ਕ ਸਮੇਂ ਦੇ ਵਿੱਚ ਦੋਸ਼ੀਆਂ ਦੀ ਗਿੱਚੀ ਤੱਕ ਹੱਥ ਪਹੁੰਚਾਇਆ ਜਾਵੇਗਾ ਕੁਝ ਕਹਿ ਨਹੀਂ ਸਕਦੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਇਹ ਜ਼ਰੂਰ ਹੈ ਕਿ ਕਿਤੇ ਕੋਈ ਮਾਤੜ ਸਾਥੀ ਐਵੇਂ ਨਾ ਫਸਾ ਦਿੱਤਾ ਜਾਵੇ ਇਸ ਕੇਸ ਦੇ ਵਿੱਚ ਜਿਵੇਂ ਕਿ ਆਮ ਤੌਰ ਦੇ ਉੱਤੇ ਦੇਖਣ ਦੇ ਵਿੱਚ ਮਿਲਦਾ ਹੀ ਹੈ ਕਿ ਕਿਸੇ ਨੇ ਕੋਈ ਛੋਟਾ ਮੋਟਾ ਗੁਨਾਹ ਕੀਤਾ ਹੁੰਦਾ ਉਹਦੇ ਉੱਤੇ ਦੂਜੇ ਗੁਨਾਹਾਂ ਦੀ ਪੰਡ ਵੀ ਪਾ ਦਿੱਤੀ ਜਾਂਦੀ ਹੈ ਤਾਂ ਜੋ ਮਾਮਲਾ ਸੁਲਝਿਆ ਹੋਇਆ ਜਾਪੇ ਪੁਲਿਸ ਦੇ ਵੱਲੋਂ ਕੀ ਕੀਤਾ ਜਾਏਗਾ ਕੁਝ ਕਹਿ ਨਹੀਂ ਸਕਦੇ ਪਰ ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਵਿੱਚ ਵੋਟਾਂ ਵਾਲਾ ਵਰਾ ਹੁਣ ਕਰਕੇ ਫਿਰਕੂ ਤੌਰ ਦੇ ਉੱਤੇ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬੜੇ ਦੁੱਖ ਦੀ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਆਮਾਨ ਬਰਕਰਾਰ ਰਹੇ ਪੰਜਾਬ ਦੇ ਵਿੱਚ ਸ਼ਾਂਤੀ ਬਰਕਰਾਰ ਰਹੇ ਪੰਜਾਬ ਦੇ ਲੋਕ ਭਾਈਚਾਰਕ ਸਾਂਝ ਦੀ ਤੰਦ ਦੇ ਵਿੱਚ ਪਰੋਨੇ ਰਹਿ ਤੇ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਘਟਨਾ ਨਾ ਵਾਪਰੇ ਜਿਹਦੇ ਕਰਕੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਹੋਵੇ ਤੇ ਇਹ ਵੀ ਚਾਹੁੰਦੇ ਹਾਂ ਕਿ ਜਿਹੜੇ ਲੋਕ ਇਹੋ ਜੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੇ ਮਨਾਂ ਦੇ ਵਿੱਚੋਂ ਸਹਿਮ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਵੋਟਾਂ ਵਾਲਾ ਵਾਰਾ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ 5-6 ਮਹੀਨੇ ਬਾਅਦ ਵੋਟਾਂ ਪੈਣੀਆਂ ਨੇ ਇਸ ਕਰਕੇ ਅਕਾਲੀ ਦਲ ਦੇ ਵੱਲੋਂ ਯੂਥ ਫਾਰ ਅਕਾਲੀ ਯੂਥ ਫਾਰ ਪੰਜਾਬ ਬੜੀਆਂ ਮੁਹਿੰਮਾਂ ਦਾ ਆਗਾਜ਼ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਉਪ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜੋ ਸਾਡਾ ਯੂਥ ਅਕਾਲੀ ਦਲ ਵਿੰਗ ਇਹਦੇ ਵੱਲੋਂ ਪੰਜਾਬ ਦੇ ਬਹੁਤ ਸਾਰੇ ਮਸਲੇ ਹੱਲ ਕੀਤੇ ਜਾਂਦੇ ਨੇ ਤੇ ਇਹ ਜਿਹੜਾ ਯੂਥ ਅਕਾਲੀ ਦਲ ਹੈ ਇਹ ਸਾਡੀ ਜਿੰਦجان ਹੈ ਇਹ ਸਾਡੇ ਸਾਹਾਂ ਦੀ ਤੰਦ ਦੇ ਬਰਾਬਰ ਹੈ ਇਹਦੇ ਵੱਲੋਂ ਪੰਜਾਬ ਦੇ ਵਿੱਚ ਜੋ ਸਰਗਰਮੀਆਂ ਵੱਢੀਆਂ ਜਾਂਦੀਆਂ ਨੇ ਉਹਨਾਂ ਦਾ ਕੋਈ ਬਦਲ ਨਹੀਂ ਹੈ ਕਿਉਂਕਿ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਦੇ ਨਾਲ ਸਬੰਧਤ ਮੁਹਿੰਮਾਂ ਦਾ ਆਗਾਜ਼ ਕੀਤਾ ਜਾ ਰਿਹਾ ਹੈ ਉਹਦੀ ਅਗਵਾਈ ਵਿਕਰਮ ਸਿੰਘ ਮਜੀਠੀਆ ਨੇ ਕਰਨੀ ਹੈ ਇਸ ਕਰਕੇ ਇਹ ਖਬਰਾਂ ਅਖਬਾਰਾਂ ਦੇ ਮੁੱਖ ਸਫਿਆਂ ਦਾ ਸ਼ਿੰਗਾਰ ਬਣ ਚੁੱਕੀਆਂ ਨੇ ਤੇ ਜਗਬਣੀ ਅਖਬਾਰ ਦੇ ਵਿੱਚ ਇਸ ਖਬਰ ਨੂੰ ਇਸ ਤਰੀਕੇ ਨਾਲ ਦਿੱਤਾ ਗਿਆ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਤੀਜੀ ਵਾਰ ਜਿੱਤ ਨੂੰ ਯਕੀਨੀ ਬਣਾਉਣ ਲਈ ਤੇ ਖੂਨੀ ਪੰਜੇ ਤੇ ਟੋਪੀ ਵਾਲੇ ਬਾਹਰੀ ਲੋਕਾਂ ਖਿਲਾਫ ਹੱਕ ਸੱਚ ਦੀ ਲੜਾਈ ਹਿੱਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿੱਢੀ ਗਈ ਯੂਥ ਫਾਰ ਪੰਜਾਬ ਦੀ ਹਮਾਇਤ ਵਿੱਚ ਬੇਸ਼ੁਮਾਰ ਨੌਜਵਾਨ ਇਕੱਠੇ ਹੋਏ ਪੰਜਾਬ ਪਰ ਵਿੱਚੋਂ ਇਕੱਠੇ ਹੋਏ ਯੂਥ ਅਕਾਲੀ ਦਲ ਦੇ ਵੱਡੀ ਗਿਣਤੀ ਵਿੱਚ ਪੁੱਜੇ ਸਮਰਥਕਾਂ ਨੇ ਸੁਖਬੀਰ ਤੇਰੀ ਸੋਚ ਤੇ ਪਹਿਰਾ ਧਿਆੰਗੇ ਠੋਕ ਕੇ ਨਾਅਰੇ ਨਾਲ ਅਸਮਾਨ ਗੂੰਜਣ ਲੱਗ ਪਤਾ ਤੇ ਕਾਂਗਰਸ ਵੱਲੋਂ ਪੰਜਾਬ ਨਾਲ ਕੀਤੇ ਵਿਤਕਰੇ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਮੌਕੇ ਤੇ ਵਿਕਰਮ ਸਿੰਘ ਮਜੀਠੀਆ ਦਾ ਜ਼ਿਆਦਾਤਰ ਭਾਸ਼ਣ ਆਮ ਆਦਮੀ ਪਾਰਟੀ ਦੇ ਖਿਲਾਫ ਰਿਹਾ। ਉਹਨਾਂ ਨੇ ਕੇਦਰੀਵਾਲ ਦੇ ਉੱਤੇ ਵੱਧ ਹਮਲੇ ਕੀਤੇ ਕੇਦਰੀਵਾਲ ਨੂੰ ਝੂਠਾ ਫਰੇਬੀ ਤੇ ਨਟਵਰ ਲਾਲ ਕਿਹਾ ਜੋ ਹਮੇਸ਼ਾ ਦੂਜੇ ਨੂੰ ਬਦਨਾਮ ਕਰਨ ਦੀ ਸਿਆਸਤ ਕਰਦਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਯੂਥ ਅਕਾਲੀ ਦਲ ਦਾ ਇੱਕ ਹਿੱਸਾ ਵੀ ਇਸ ਗੱਲ ਨੂੰ ਕਬੂਲ ਕਰਦਾ ਹੈ ਕਿ 9.5 ਸਾਲ ਦੇ ਵਿੱਚ ਸਾਡੀ ਸਰਕਾਰ ਦੇ ਵੱਲੋਂ ਉਹ ਕੰਮ ਨਹੀਂ ਕੀਤੇ ਜਾ ਸਕੇ ਕਈ ਕਾਰਨਾ ਕਰਕੇ ਜਿਹੜੇ ਕਰਨੇ ਚਾਹੀਦੇ ਸਨ ਪਰ ਕਿਉਂਕਿ ਦਬਦਬਾ ਸਰਕਾਰ ਦਾ ਹੀ ਹੁੰਦਾ ਏ ਇਸ ਕਰਕੇ ਝੋਲੀ ਚੁੱਕਾਂ ਦੀ ਵੀ ਕੋਈ ਕਾਟ ਨਹੀਂ ਹੁੰਦੀ ਥਾਪੜਾ ਮਾੜਾ ਜਾ ਮਿਲ ਜਾਵੇ ਤੇ ਬਾਅਦ ਦੇ ਵਿੱਚ ਬੰਦਾ ਵੈਸੀ ਸ਼ੇਰ ਬਣ ਜਾਂਦਾ ਏ ਇਸ ਕਰਕੇ ਯੂਥ ਅਕਾਲੀ ਦਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਏ ਗੱਡੀਆਂ ਦੇ ਉੱਤੇ ਮੈਂ ਅਕਾਲੀ ਹਾਂ ਮੈਨੂੰ ਅਕਾਲੀ ਹੋਣ ਉੱਤੇ ਮਾਣ ਹੈ ਇਹ ਪੋਸਟਰ ਵੀ ਅਸੀਂ ਥਾਂ ਥਾਂ ਦੇ ਉੱਤੇ ਲੱਗੇ ਹੋਏ ਦੇਖਦੇ ਆਂ ਪਰ ਇਸ ਯੂਥ ਅਕਾਲੀ ਦਲ ਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਲੰਘੇ ਸਮੇਂ ਦੇ ਵਿੱਚ ਜੁੜਦੇ ਰਹੇ ਨੇ ਕਦੇ ਕਿਸੇ ਥਾਂ ਦੇ ਉੱਤੇ ਯੂਥ ਅਕਾਲੀ ਦਲ ਦੇ ਆਗੂ ਨੇ ਗੁੰਡਾ ਕਰਦੀ ਕੀਤੀ ਕਿਸੇ ਥਾਂ ਦੇ ਉੱਤੇ ਕਤਲ ਕਰ ਦਿੱਤਾ ਕਿਸੇ ਥਾਂ ਦੇ ਉੱਤੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਉਲਝਿਆ ਪਾਇਆ ਗਿਆ ਕਿਸੇ ਥਾਂ ਦੇ ਉੱਤੇ ਕੁਝ ਤੇ ਕਿਸੇ ਥਾਂ ਦੇ ਉੱਤੇ ਕੁਝ ਇਹ ਯੂਥ ਫਾਰ ਪੰਜਾਬ ਮੁਹਿੰਮ ਅਕਾਲੀ ਦਲ ਦਾ ਕਿੰਨਾ ਕੁ ਪਾਰ ਉਤਾਰਾ ਕਰੇਗੀ ਇਹ ਲੋਕ ਭਵਿੱਖ ਦੇ ਵਿੱਚ ਦੱਸਣਗੇ ਇਹਦੇ ਬਾਬਤ ਕੁਝ ਕਿਆ ਨਹੀਂ ਜਾ ਸਕਦਾ ਪਰ ਫਿਲਹਾਲ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਵੋਟਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਸਾਰੇ ਵਿੰਗਾਂ ਦਾ ਗਠਨ ਕੀਤਾ ਜਾ ਰਿਹਾ ਹੈ ਯੂਥ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਵਰਗ ਤੋਂ ਹੀ ਰੈਲੀਆਂ ਦੇ ਵਿੱਚ ਸਹਾਇਤਾ ਲੈਣੀ ਹੈ ਤੇ ਇਹਨਾਂ ਤੋਂ ਹੀ ਬਾਕੀ ਸਾਰੇ ਕੰਮ ਭਾਵੇਂ ਉਹ ਪੋਲਿੰਗ ਬੂਥ ਦੇ ਉੱਤੇ ਹੋਵੇ ਭਾਵੇਂ ਪ੍ਰਚਾਰ ਦੇ ਤਰੀਕੇ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਪੋਸਟਰ ਲਗਾਉਣ ਦੇ ਰੂਪ ਦੇ ਵਿੱਚ ਹੋਵੇ ਕੰਮ ਕਾਜ ਸਾਰੇ ਇਹਨਾਂ ਤੋਂ ਹੀ ਲੈ ਜਾਣੇ ਨੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਬ੍ਰੇਕ